ਦੋਸਤੋ, ਅੱਜ ਮੈਂ ਤੁਹਾਡੇ ਨਾਲ ਜਿਹੜੀ ਫਿਲਮ ਦੀ ਗੱਲ ਕਰਨ ਲੱਗਾ, ਉਹ ਵੀ ਫਿਲਮ ਜਿਹੜੀ ਹੈ 7 ਜੂਨ ਨੂੰ ਰਿਲੀਜ਼ ਹੋਈ ਹੈ ਔਰ ਫਿਲਮ ਦਾ ਨਾਂ ਹੈ ਰੋਡੇ ਕਾਲਜ। ਰੋਡੇ ਕਾਲਜ ਦੇ ਨਾਂ ਤੋਂ ਵੇਖਦੇ ਹੀ ਆਪਾਂ ਨੂੰ ਇਹ ਪਤਾ ਲੱਗ ਜਾਂਦਾ ਹੈ ਵੀ ਇਹ ਕਾਲਜ ਦੇ ਵਿਦਿਆਰਥੀਆਂ ਦੇ ਨਾਲ ਕੋਈ ਜੁੜੀ ਹੋਈ ਫਿਲਮ ਹੈ। ਬਹੁਤ ਸਾਰੇ ਕਾਲਜਾਂ ਦੇ ਵਿੱਚ ਯੂਨੀਅਨ ਬਣ ਜਾਂਦੀ ਹੈ, ਯੂਨੀਅਨ ਇੱਕ ਨਹੀਂ ਫਿਰ ਕਈ ਬਣ ਜਾਂਦੀਆਂ ਨੇ, ਉਹਦੇ ਵਿੱਚ ਵੱਖਰੇ ਵੱਖਰੇ ਗਰੁੱਪ ਜਿਹੜੇ ਨੇ ਉਹਨਾਂ ਦੀ ਗੱਲ ਕੀਤੀ ਜਾਂਦੀ ਹੈ। ਸੋ ਦੋਸਤੋ, ਇਹ ਰੋਡੇ ਕਾਲਜ ਜਿਹੜਾ ਹੈ ਇਹ ਬੜਾ ਮਸ਼ਹੂਰ ਕਾਲਜ ਰਿਹਾ ਆਪਣੇ ਵੇਲੇ ਦਾ। ਇਹਦੇ ਬਾਰੇ ਇਹ ਕਿਹਾ ਜਾਂਦਾ ਹੈ ਵੀ ਇਹ ਜਗ੍ਹਾ ਦਾ ਨਾਂ ਆਇਆ ਉਹ ਤਾਂ ਹੈਗਾ ਗੁਰੂ ਤੇਗ ਬਹਾਦਰ ਗੜ੍ਹ, ਲੇਕਿਨ ਇਹ ਜਗ੍ਹਾ ਜਿਹੜੀ ਹੈ ਰੋਡੇ ਕਾਲਜ ਦੇ ਨਾਂ ਨਾਲ ਮਸ਼ਹੂਰ ਹੈ। ਔਰ ਇਹ ਰੋਡੇ ਕਾਲਜ ਦੇ ਵਿੱਚ ਇੱਕ ਤਾਂ ਆਰਟਸ ਕਾਲਜ ਚੱਲਦਾ ਸੀਗਾ, ਇੱਕ ਹਾਇਰ ਸੈਕੰਡਰੀ ਸਕੂਲ ਚੱਲਦਾ ਸੀਗਾ ਤੇ ਇੱਕ ਪੋਲੀਟੈਕਨਿਕ ਕਾਲਜ ਸੀਗਾ। ਮਤਲਬ ਇਹ ਤਿੰਨ ਵਿਦਿਅਕ ਸੰਸਥਾਵਾਂ ਜਿਹੜੀਆਂ ਸੀਗੀਆਂ ਇਹ ਇਕੱਠੀਆਂ ਉੱਥੇ ਚੱਲ ਰਹੀਆਂ। ਤੇ ਇਹਨਾਂ ਕਾਲਜਾਂ ਦੇ ਵਿੱਚ ਫਿਰ ਕੁਝ ਗਰੁੱਪ ਬੰਦੀ, ਕੋਈ ਧੜੇ ਬੰਦੀ, ਕੋਈ ਯੂਨੀਅਨਾਂ ਜਿਹੜੀਆਂ ਨੇ ਉਹ ਬਣਦੀਆਂ ਨੇ। ਇਸ ਫਿਲਮ ਨੂੰ ਲਿਖਿਆ ਔਰ ਡਾਇਰੈਕਟ ਕੀਤਾ ਹੈ ਹੈਪੀ ਰੋਡੇ ਨੇ। ਹੈਪੀ ਰੋਡੇ ਨੂੰ ਆਪਾਂ ਸਮਝ ਸਕਦੇ ਹਾਂ ਵੀ ਹੈਪੀ ਰੋਡੇ ਜ਼ਰੂਰ ਇਸ ਕਾਲਜ ਦਾ ਹਿੱਸਾ ਰਿਹਾ ਹੋਵੇਗਾ ਔਰ ਉਹਨੇ ਬਹੁਤ ਸਾਰੀਆਂ ਗੱਲਾਂ ਇਹ ਦੇਖੀਆਂ ਹੋਈਆਂ ਨੇ, ਉੱਥੋਂ ਸਾਰਾ ਕੁਝ ਉਹਨੇ ਜਾਣਿਆ ਹੋਏਗਾ। ਤੇ ਉਹਦੇ ਮਨ ਦੇ ਵਿੱਚ ਇੱਛਾ ਸੀ ਵੀ ਰੋਡੇ ਕਾਲਜ ਦੇ ਨਾਂ ਦੇ ਉੱਤੇ ਇੱਕ ਫਿਲਮ ਬਣਾਈ ਜਾਵੇ। ਇਹ ਫਿਲਮ ਜਿਹੜੀ ਹੈ ਬਹੁਤ ਲੰਬੀ ਫਿਲਮ ਹੈ, ਪੌਣੇ 3 ਘੰਟੇ ਨਾਲੋਂ ਵੀ ਵੱਧ ਦੀ ਡਿਊਰੇਸ਼ਨ ਹੈ, ਮਤਲਬ 2 ਘੰਟੇ 48 ਮਿੰਟ ਦੀ ਫਿਲਮ ਹੈ। ਜਦੋਂ ਅਸੀਂ ਦੇਖੀਦਾ ਵੀ ਇਹਦੇ ਵਿੱਚ ਇਹੋ ਜਿਹੀ ਕਿਹੜੀ ਗੱਲ ਸੀ ਜਿਸ ਨੇ ਮਤਲਬ ਪ੍ਰੇਰਣਾ ਦਿੱਤੀ ਵੀ ਇਸ ਕਾਲਜ ਦੇ ਉੱਤੇ ਫਿਲਮ ਬਣਨੀ ਚਾਹੀਦੀ ਹੈ। ਕੁਝ ਹੋਰ ਫਿਲਮਾਂ ਵੀ ਸਾਡੇ ਇੱਕ ਤੇਰੇ ਨਾਮ ਫਿਲਮ ਰਿਲੀਜ਼ ਹੋਈ ਸੀ, ਜਾਂ ਕੁਝ ਸਾਡੇ ਬਹੁਤ ਸਾਰੇ ਸੀਰੀਅਲ ਜਿਹੜੇ ਨੇ ਉਹ ਕੈਂਪਸ ਦੇ ਨਾਂ ਦੇ ਉੱਤੇ ਚੱਲੇ ਸੀਗੇ। ਫਿਰ ਜਦੋਂ ਅਸੀਂ ਯੂਨੀਅਨ ਦੀ ਗੱਲ ਕਰਦੇ ਹਾਂ, ਯੂਨੀਅਨ ਦੇ ਫਿਰ ਗਰੁੱਪ ਬੰਦੀ ਦੀ ਗੱਲ ਕਰਦੇ ਹਾਂ, ਫਿਰ ਅਸੀਂ ਇਹ ਦੇਖਦੇ ਹਾਂ ਵੀ ਇਹ ਜਿਹੜੇ ਯੂਨੀਅਨ ਨੇ ਇਹਨਾਂ ਦੇ ਪਿੱਛੇ ਕਿਹੜੇ ਲੀਡਰ ਕੰਮ ਕਰ ਰਹੇ ਨੇ, ਕਿਹੜੇ ਸਿਆਸੀ ਲੋਕ ਨੇ ਜਿਹੜੇ ਵਿਦਿਆਰਥੀਆਂ ਨੂੰ ਆਪਣੇ ਮੰਤਵ ਲਈ, ਆਪਣੇ ਮਕਸਦ ਲਈ ਵਰਤਣਾ ਚਾਹੁੰਦੇ ਨੇ। ਫਿਰ ਇਹਦੇ ਵਿੱਚੋਂ ਨਿਕਲਦਾ ਸਾਰਾ ਨਸ਼ਿਆਂ ਦਾ ਕਾਰੋਬਾਰ। ਔਰ ਫਿਰ ਹਰ ਲੀਡਰ ਜਿਹੜਾ ਨਾ ਸਿਆਸੀ ਲੀਡਰ ਹੈ ਉਹ ਇਹ ਚਾਹੁੰਦਾ ਵੀ ਆਪਾਂ ਵਿਦਿਆਰਥੀਆਂ ਨੂੰ ਆਪਣੇ ਕਾਬੂ ਹੇਠ ਕਰੀਏ, ਸਾਡਾ ਹੀ ਬਣਾਇਆ ਹੋਇਆ ਉੱਥੇ ਪ੍ਰਧਾਨ ਹੋਵੇ ਤੇ ਫਿਰ ਜੋ ਅਸੀਂ ਕਹੀਏ ਕਾਲਜ ਦੇ ਵਿੱਚ ਪ੍ਰਧਾਨ ਉਹ ਕਰਵਾਵੇ। ਮਤਲਬ ਇੱਕ ਧੰਦਾ ਜਿਹੜਾ ਹੈ ਇਹਦੇ ਪਿੱਛੇ ਜਿਹੜਾ ਉਹ ਸਾਰਾ ਚੱਲ ਰਿਹਾ, ਇਹਦੇ ਵਿੱਚ ਕੁਝ ਇਹੋ ਜਿਹਾ ਹੀ ਪੇਸ਼ ਕੀਤਾ ਗਿਆ। ਸੋ ਦੋਸਤੋ, ਇਹ ਫਿਲਮ ਜਿਹੜੀ ਹੈ ਇਹ ਕਾਲਜ ਦੇ ਵਿੱਚੋਂ ਸ਼ੁਰੂ ਹੁੰਦੀ ਹੈ ਔਰ ਕਾਲਜ ਦੇ ਵਿੱਚ ਫਿਰ ਜਦੋਂ ਅਸੀਂ ਦੇਖਦੇ ਹਾਂ ਵੀ ਉਹਦੇ ਵਿੱਚ 2 ਤਰ੍ਹਾਂ ਦੀਆਂ ਯੂਨੀਅਨਾਂ ਕੰਮ ਕਰ ਰਹੀਆਂ ਨੇ, ਇੱਕ ਪੋਲੀਟੈਕਨਿਕ ਕਾਲਜ ਦੇ ਵਿੱਚ ਹੈ, ਇੱਕ ਦੂਸਰੇ ਕਾਲਜ ਦੇ ਵਿੱਚ ਹੈ, ਔਰ ਉਹਨਾਂ ਦੇ ਵਿੱਚ ਕਲੇਸ਼ ਆ ਹਰ ਗੱਲ ਦੇ ਉੱਤੇ, ਨਿੱਕੀ ਨਿੱਕੀ ਗੱਲ ਦੇ ਉੱਤੇ ਉਹ ਪੜ ਪੈਂਦੇ ਨੇ। ਤੇ ਫਿਰ ਉਹਦੇ ਵਿੱਚੋਂ ਹੀ ਇੱਕ ਕਰੈਕਟਰ ਉੱਭਰਦਾ ਹੈ ਜਿਹੜਾ ਕਿ MLA ਦਾ ਕਰੈਕਟਰ ਹੈ। MLA ਜਿਹੜਾ ਹੈ ਉਹ ਆਪਣਾ ਪ੍ਰਧਾਨ ਉੱਥੇ ਛਾਪਣਾ ਚਾਹੁੰਦਾ, ਉੱਥੇ ਇੱਕ ਹੋਰ ਮੁੰਡਾ ਜਿਹੜਾ ਹੈ ਉਹ ਉਸਦੀ ਵਿਰੋਧਤਾ ਕਰਦਾ ਹੈ, ਉਹਦੇ ਵੱਲ ਦੇਖ ਕੇ ਬਾਕੀ ਦੇ ਲੋਕ ਵੀ ਵਿਰੋਧਤਾ ਕਰਦੇ ਨੇ। ਤੇ ਫਿਰ ਇੱਕ ਨਵੀਂ ਲੜਾਈ ਸ਼ੁਰੂ ਹੁੰਦੀ ਹੈ, ਉਹ ਲੜਾਈ ਦੇ ਵਿੱਚੋਂ ਫਿਰ ਨਵੀਂ ਗੁੱਟਬੰਦੀ ਸ਼ੁਰੂ ਹੁੰਦੀ ਹੈ। ਫਿਰ ਜਿਹੜੇ ਸਿਆਸੀ ਬੰਦੇ ਨੇ ਉਹਨਾਂ ਨੂੰ ਇਹ ਲੱਗਦਾ ਵੀ ਸਾਡਾ ਜਿਹੜਾ ਵਿਦਿਆਰਥੀਆਂ ਦੇ ਵਿੱਚ ਸਾਡਾ ਆਧਾਰ ਹੈ ਉਹ ਖਿਸਕਦਾ ਜਾ ਰਿਹਾ ਤੇ ਇਹਨੂੰ ਕਾਬੂ ਕਰਨ ਦੀ ਲੋੜ ਹੈ, ਭਾਵੇਂ ਕਿਸੇ ਮੁੰਡੇ ਦੀ ਬਲੀ ਦੇਣੀ ਪਵੇ। ਮੈਂ ਤੁਹਾਨੂੰ ਇਹ ਨਹੀਂ ਦੱਸਣਾ ਚਾਹੁੰਦਾ ਵੀ ਇਹਦੇ ਵਿੱਚ ਕੀ ਕੁਛ ਸ਼ਾਮਲ ਹੈ, ਕਿਉਂਕਿ ਤੁਹਾਡੀ ਉਤਸੁਕਤਾ ਜ਼ਰੂਰ ਘੱਟ ਜਾਏਗੀ ਜੇ ਮੈਂ ਤੁਹਾਨੂੰ ਪੂਰੀ ਕਹਾਣੀ ਦੱਸ ਦਿਆਂਗਾ। ਇਹ ਜਿਹੜੀ ਕਹਾਣੀ ਹੈ ਮਤਲਬ ਇਹ ਹੈ ਵੀ ਜਦੋਂ ਵਿਦਿਆਰਥੀਆਂ ਦੀ ਯੂਨੀਅਨ ਨਾਲ ਜੁੜੀ ਹੋਈ ਗੱਲ ਹੋਵੇ ਤਾਂ ਉਹਦੇ ਪਿੱਛੇ ਕੋਈ ਨਾ ਕੋਈ ਸਿਆਸਤ ਦਾ ਹੱਥ ਜ਼ਰੂਰ ਹੁੰਦਾ। ਔਰ ਦੂਜੇ ਪਾਸੇ ਇਹ ਹੈ ਵੀ ਸਿਆਸੀ ਸੂਝ ਜਿਹੜੀ ਹੈ ਸਾਡੇ ਵਿਦਿਆਰਥੀਆਂ ਵਿੱਚ ਨਹੀਂ ਹੁੰਦੀ, ਪਰ ਜਿਨ੍ਹਾਂ ਵਿੱਚ ਇਹ ਸਿਆਸੀ ਸੂਝ ਹੁੰਦੀ ਹੈ ਉਹ ਫਿਰ ਡਟ ਕੇ ਮੁਕਾਬਲਾ ਕਰਦੇ ਆ ਵੀ ਇਸ ਕਾਲਜ ਦੇ ਵਿੱਚ ਕੋਈ ਗਲਤ ਕੰਮ ਨਾ ਹੋ ਜਾਵੇ। ਬਹੁਤ ਸਾਰੇ ਨਿਰਮਾਤਾ ਨੇ ਫਿਲਮ ਦੇ ਵਿੱਚ, ਆਸ਼ੂ ਅਰੋੜਾ ਨੇ, ਕ੍ਰੀਏਟਿਵ ਪ੍ਰੋਡਿਊਸਰ ਵੀ ਨੇ ਇਸ ਦੇ ਵਿੱਚ, ਇਹਦੇ ਵਿੱਚ ਬਲਦੇਵ ਰਾਜ ਪਟਵਾਰੀ ਵੀ ਜਿਹੜੇ ਨੇ ਉਹ ਐਗਜ਼ੀਕਿਊਟਿਵ ਪ੍ਰੋਡਿਊਸਰ ਨੇ। ਸੋ ਬਹੁਤ ਸਾਰੇ ਲੋਕਾਂ ਨੇ ਸਹਿਯੋਗ ਦੇ ਕੇ ਇਸ ਫਿਲਮ ਨੂੰ ਬਣਾਇਆ। ਔਰ ਦੋਸਤੋ, ਇਹ ਫਿਲਮ ਜਿਹੜੀ ਹੈ ਇਹ ਇੱਕ ਫਿਲਮ ਦੇ ਵਿੱਚ ਨਹੀਂ ਮੁੱਕੀ, ਇਹਨੂੰ 2 ਵੀ ਕੰਟੀਨਿਊਡ ਇਹ ਜਾਰੀ ਰਹੇਗੀ। ਮਤਲਬ ਅਸੀਂ ਪਾਰਟ 2 ਵੀ ਅੱਗੋਂ ਇਸ ਫਿਲਮ ਦਾ ਉਡੀਕ ਸਕਦੇ ਹਾਂ। ਦੋਸਤੋ, ਇਸ ਫਿਲਮ ਨੂੰ ਵੇਖਦਿਆਂ ਜੋ ਮੈਨੂੰ ਮਹਿਸੂਸ ਹੋਇਆ ਉਹ ਮੈਂ ਤੁਹਾਡੇ ਨਾਲ ਜ਼ਰੂਰ ਡਿਸਕਸ
ਡਿਸਕਸ ਕਰਨਾ ਚਾਹਾਂਗਾ। ਇਹਦੇ ਵਿੱਚ ਕਾਲਜ ਦਾ ਜਿਹੜਾ ਮਾਹੌਲ ਹੈ ਉਹ ਮੈਨੂੰ ਮਾਈਨਸ ਲੱਗਿਆ। ਕਾਲਜ ਦਾ ਮਾਹੌਲ ਸਿਰਫ ਇਹ ਨਹੀਂ ਹੈਗਾ ਵੀ ਤੁਸੀਂ ਚਾਲੀਆਂ ਦੁਕਾਨਾਂ ਤੇ ਇਕੱਠੇ ਹੋ ਜਾਓ ਜਾਂ ਤੁਸੀਂ ਕਿਸੇ ਪਿੱਛੇ ਦੌੜ ਜਾਵੋ ਜਾਂ ਕਿਸੇ ਨੂੰ ਵੱਟੇ ਮਾਰ ਦਿਓ ਜਾਂ ਕਿਸੇ ਨੂੰ ਡਾਂਗਾ ਲੈ ਕੇ ਦੌੜ ਪਵੋ। ਕਾਲਜ ਦਾ ਮਾਹੌਲ ਜਿਹੜਾ ਲੱਗਣਾ ਚਾਹੀਦਾ ਵੇਖਣ ਨੂੰ ਕੁੜੀਆਂ ਮੁੰਡਿਆਂ ਦਾ ਔਰ ਉਹਦਾ ਗਰੇਂਜਰ ਹੋਣਾ ਚਾਹੀਦਾ ਉਹ ਫਿਲਮ ਦੇ ਵਿੱਚ ਨਜ਼ਰ ਨਹੀਂ ਆਉਂਦਾ। ਲੇਕਿਨ ਲੇਖਕ ਸਾਹਿਬ ਦਾ ਉਹਨਾਂ ਦਾ ਮਕਸਦ ਇਹਨੂੰ ਜਿਹੜਾ ਬਣਾਉਣ ਦਾ ਸੀ ਉਹ ਇਹ ਸੀਗਾ ਵੀ ਸਿਰਫ ਇਹੀ ਦੱਸਣਾ ਵਿਦਿਆਰਥੀਆਂ ਦੇ ਯੂਨੀਅਨਾਂ ਬਣਦੀਆਂ ਨੇ ਉਹ ਕਿਸ ਤਰ੍ਹਾਂ ਸਿਆਸੀ ਲੋਕਾਂ ਦੇ ਹੱਥਾਂ 'ਚ ਖੇਡਦੀਆਂ ਨੇ ਔਰ ਕਿਵੇਂ ਉਹ ਵੋਟਾਂ ਦੇ ਵਿੱਚ ਉਹਨਾਂ ਨੂੰ ਨਿਆਣਿਆਂ ਨੂੰ ਵਰਤਦੇ ਨੇ। ਕਿਸੇ ਕਿਸੇ ਵੇਲੇ ਉਹਨਾਂ ਵਿਦਿਆਰਥੀਆਂ ਨੂੰ ਕੁਰਬਾਨੀ ਵੀ ਦੇਣੀ ਪੈਂਦੀ ਹੈ। ਮਨਸ਼ਾ ਜਿਹੜਾ ਹੈ ਲੇਖਕ ਦਾ ਉਹ ਬੜਾ ਵਧੀਆ ਹੈ, ਸਾਰਾ ਕੁਝ ਇਸ ਫਿਲਮ ਦੇ ਵਿੱਚ ਹੈਗਾ। ਲੇਕਿਨ ਕਾਲਜ ਦਾ ਮਾਹੌਲ ਨਹੀਂ ਹੈਗਾ ਜਿਹੜਾ ਕਿ ਸਾਨੂੰ ਕਈ ਵਾਰੀ ਐਂ ਲੱਗਦਾ ਵੀ ਕਿਤੇ ਬੋਰਡ ਲਗਾ ਕੇ ਇਕੱਲਾ ਦਿਖਾ ਕੇ ਅਸੀਂ ਇਹ ਨਹੀਂ ਦੱਸ ਸਕਦੇ ਹੁੰਦੇ ਵੀ ਇਹ ਕਾਲਜ ਹੈਗਾ। ਕਾਲਜ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਇਨਵੋਲਵ ਹੁੰਦੀਆਂ ਨੇ, ਕਾਲਜ ਦੇ ਵਿੱਚ ਪੜ੍ਹਾਈਆਂ ਵੀ ਇਨਵੋਲਵ ਹੁੰਦੀਆਂ ਨੇ। ਲੇਕਿਨ ਪੜ੍ਹਾਈਆਂ ਵਾਲੀ ਕੋਈ ਗੱਲ ਨਹੀਂ ਖਾਸ ਨਜ਼ਰ ਆਈ ਕਿਤੇ, ਇੱਕ ਅੱਧੇ ਪੀਰੀਅਡ ਦੀ ਕਲਾਸ ਦੀ ਗੱਲ ਹੈਗੀ ਹੈ। ਜਦੋਂ ਆਪਾਂ ਇਹਦੀ ਕਹਾਣੀ ਦੀ ਗੱਲ ਕਰਦੇ ਹਾਂ ਜਿਵੇਂ ਕਿਸੇ ਨੇ ਨਰੇਸ਼ਨ ਦਿੱਤੀ ਹੈ ਜਿਹੜਾ ਕਿ ਉੱਥੋਂ ਦਾ ਸਾਬਕਾ ਇੱਕ ਵਿਦਿਆਰਥੀ ਰਹਿ ਚੁੱਕਾ ਕਾਲਜ ਦਾ, ਉਹ ਖੋਜ ਕਰਕੇ ਇਹਦੀ ਪੂਰੀ ਲੱਭਦਾ ਕਹਾਣੀ ਔਰ ਫਿਰ ਉਹ ਲਿਖਦਾ, ਬੜੇ ਵਧੀਆ ਢੰਗ ਦੇ ਨਾਲ ਇਹ ਫਿਲਮ ਸ਼ੁਰੂ ਹੁੰਦੀ ਹੈ। ਲੇਕਿਨ ਇਹਦੀ ਉਸਾਰੀ ਜਿਹੜੀ ਹੈ ਉਸਾਰੀ ਵਿੱਚ ਕਿਤੇ ਨਾ ਕਿਤੇ ਸਾਨੂੰ ਕਮਜ਼ੋਰੀ ਨਜ਼ਰ ਆਉਂਦੀ ਹੈ। ਹਾਲਾਂਕਿ ਫਿਲਮ ਦੇ ਡਾਇਲੋਗ ਜਿਹੜੇ ਨੇ ਉਹ ਬੜੇ ਅੱਛੇ ਲੱਗਦੇ ਨੇ। ਸਕਰੀਨ ਪਲੇ ਜਿਹੜਾ ਉਹ ਜਤਨ ਵਰਮਾ ਦਾ ਸਕਰੀਨ ਪਲੇ ਵੀ ਜਿਹੜਾ ਹੈ ਉਹ ਮੈਨੂੰ ਅੱਛਾ ਲੱਗਿਆ। ਪਰ ਸਵਾਏ ਇਸ ਗੱਲ ਤੋਂ ਵੀ ਆਪਾਂ ਦੋ ਤਰ੍ਹਾਂ ਖੜੀਆਂ ਕਰਕੇ ਇੱਕ ਚੰਗੀ ਧਿਰ ਤੇ ਇੱਕ ਮਾੜੀ ਧਿਰ ਫਿਲਮਾਂ ਦੇ ਵਿੱਚ ਇਹੀ ਹੁੰਦਾ, ਉਹਨਾਂ ਨੂੰ ਕਿਸ ਤਰ੍ਹਾਂ ਲੜਾਉਣਾ ਤੇ ਕਿਸ ਤਰ੍ਹਾਂ ਪੇਸ਼ ਕਰਨਾ, ਲੇਕਿਨ ਉਹਨੂੰ ਕਿਸ ਤਰ੍ਹਾਂ ਦਾ ਵਤੀਰਾ ਦੇਣਾ ਇਹਦੇ ਵਿੱਚੋਂ ਬਹੁਤ ਸਾਰੀਆਂ ਗੱਲਾਂ ਸਾਨੂੰ ਮਿਸਿੰਗ ਲੱਗਦੀਆਂ। ਲਾਸਟ ਉੱਤੇ ਦੋਸਤੋ ਮੈਂ ਇਸ ਫਿਲਮ ਦੇ ਜਿਹੜੇ ਸਿਤਾਰੇ ਨੇ ਉਹਨਾਂ ਦੀ ਗੱਲ ਕਰਾਂਗਾ। ਮੇਨ ਇਹਦੇ ਚ ਸਿਤਾਰਾ ਜਿਹੜਾ ਹੈ ਉਹ ਮਾਨਵ ਵਿਜ ਹੈ ਔਰ ਇਸ਼ਾ ਰਿਖੀ ਜਿਹੜੀ ਹੈ ਹੀਰੋਇਨ ਆ, ਹਾਲਾਂਕਿ ਹੀਰੋਇਨ ਦਾ ਕੰਮ ਜ਼ਿਆਦਾ ਨਹੀਂ ਹੈਗਾ। ਉਸ ਤੋਂ ਅੱਗੇ ਜਿਹੜਾ ਵੱਡਾ ਸਟਾਰ ਹੈ ਯੋਗਰਾਜ ਸਿੰਘ ਹੈ ਔਰ ਸੁਵਿੰਦਰ ਵਿੱਕੀ ਹੈ ਜਿਹਨਾਂ ਦੇ ਰੋਲ ਅੱਛੇ ਨੇ। ਸੁਵਿੰਦਰ ਵਿੱਕੀ ਜਿਹੜਾ ਹੈ ਉਹ ਪ੍ਰਭਾਵ ਕਰਦਾ, ਲੇਕਿਨ ਯੋਗਰਾਜ ਇਸ ਫਿਲਮ ਦੇ ਵਿੱਚ ਬੜਾ ਮਿਸਫਿਟ ਲੱਗਦਾ ਔਰ ਮੈਨੂੰ ਕਈ ਵਾਰੀ ਮਹਾਂਵੀਰ ਭੁੱਲਰ ਜਿਹੜੇ ਨੇ ਉਹ, ਹਾਲਾਂਕਿ ਇਸ ਫਿਲਮ ਦੇ ਵਿੱਚ ਮੈਨੂੰ ਦੇਖਣ ਤੇ ਇਹ ਲੱਗਦਾ ਵੀ ਮਹਾਂਵੀਰ ਭੁੱਲਰ ਜਿਹੜਾ ਉਹ ਯੋਗਰਾਜ ਸਿੰਘ ਦੇ ਪਿਓ ਦਾ ਰੋਲ ਨਿਭਾ ਰਿਹਾ ਜਾਂ ਕਿਤੇ ਉਹਦੇ ਵੱਡੇ ਭਰਾ ਦਾ ਰੋਲ ਨਿਭਾ ਰਿਹਾ, ਲੇਕਿਨ ਕਿਤੇ ਉਹ ਕਿਸੇ ਗੱਲ ਦੀ ਕੋਈ ਵਿਰੋਧ ਤਾਂ ਨਹੀਂ ਕਰਦਾ, ਉਹਨੂੰ ਬਚਾਉਣ ਦੀ ਕੋਸ਼ਿਸ਼ ਕਰਦਾ, ਚਾਹੇ ਉਹਦਾ ਪੁੱਤਰ ਹੈ ਜਾਂ ਭਰਾ ਹੈ ਕੋਈ ਵੀ ਹੈ। ਹੋਰ ਬਹੁਤ ਸਾਰੇ ਸਿਤਾਰੇ ਨੇ, ਨਵੇਂ ਸਿਤਾਰੇ ਲੈ ਕੇ ਹੈਪੀ ਰੋਡੇ ਹੁਣਾਂ ਨੇ ਫਿਲਮ ਬਣਾਈ ਹੈ। ਔਰ ਦੋਸਤੋ ਮੈਂ ਇੱਕ ਸਲਾਹ ਦੇਣੀ ਚਾਹੁੰਦਾ ਹਾਂ ਵੀ ਇਹ ਫਿਲਮ ਜਿਹੜੀ ਰੋਡੇ ਕਾਲਜ ਹੈ ਇੱਕ ਵੈਬ ਸੀਰੀਜ਼ ਦੇ ਤੌਰ ਦੇ ਉੱਤੇ ਪੇਸ਼ ਕੀਤੀ ਜਾਣੀ ਚਾਹੀਦੀ ਸੀਗੀ। 6-7 ਐਪੀਸੋਡ ਦੇ ਬੜੇ ਆਰਾਮ ਨਾਲ ਬਣ ਸਕਦੇ ਸੀਗੇ, ਅੱਗੋਂ ਜਿੰਨੇ ਆਪਾਂ ਬਣਾਉਣੇ ਚਾਹੀਏ ਬਣਾ ਸਕਦੇ ਸੀਗੇ, ਕਿਉਂਕਿ ਜਿਹੜੇ ਵਿਦਿਆਰਥੀ ਨੇ ਵਿਦਿਆਰਥੀ ਹਮੇਸ਼ਾ ਇਹ ਦੇਖਦੇ ਨੇ ਵੀ ਅਸੀਂ ਕੋਈ ਯੂਨੀਅਨ ਦੀ ਗੱਲ ਦੇਖੀਏ, ਵਿਦਿਆਰਥੀਆਂ ਨੂੰ ਉਤਸੁਕਤਾ ਹੁੰਦੀ ਹੈ ਵੀ ਦੇਖੀਏ ਕਾਲਜ ਦੇ ਵਿੱਚ ਕੀ ਹੋਇਆ, ਹੋਰ ਦਰਸ਼ਕ ਜੁੜਦੇ ਨੇ। ਇਹ ਯਤਨ ਜਿਹੜਾ ਹੈ ਬਹੁਤ ਵਧੀਆ ਹੈ, ਲੇਕਿਨ ਜੋ ਗਰੇਂਜਰ ਜੋ ਸਾਨੂੰ ਸਾਰਾ ਬਿਹੇਵੀਅਰ ਕਾਲਜ ਵਾਲਾ ਔਰ ਯੂਨੀਅਨ ਵਾਲਾ ਸਾਨੂੰ ਨਜ਼ਰ ਆਉਣਾ ਚਾਹੀਦਾ ਹੈ ਉਹ ਸਾਨੂੰ ਬਿਲਕੁਲ ਨਜ਼ਰ ਨਹੀਂ ਆਇਆ। ਬਹੁਤ ਸਾਰੇ ਆਰਟਿਸਟ ਸਾਨੂੰ ਮਿਸਫਿਟ ਲੱਗਦੇ ਨੇ, ਉਹ ਵਿਦਿਆਰਥੀ ਲੱਗਦੇ ਵੀ ਨਹੀਂ ਦੇਖਣ ਨੂੰ, ਔਰ ਕੋਈ ਛੋਟੀ ਉਮਰ ਦੇ ਵੀ ਜਿਹੜੇ ਬੱਚੇ ਨੇ, ਹੋ ਸਕਦਾ ਉੱਥੇ ਹਾਇਰ ਸੈਕੰਡਰੀ ਸਕੂਲ ਵੀ ਆ, ਛੋਟੀ ਉਮਰ ਦੇ ਬੱਚੇ ਵੀ ਹੈਗੇ ਨੇ, ਲੇਕਿਨ ਜਿੰਨੀ ਦੇਰ ਆਪਾਂ ਸਾਰੀ ਚੀਜ਼ ਨੂੰ ਖੂਬਸੂਰਤੀ ਨਾਲ ਪੇਸ਼ ਨਹੀਂ ਕਰਦੇ ਉਨੀ ਦੇਰ ਇੱਕ ਵਧੀਆ ਜਿਹੜੀ ਚੀਜ਼ ਹੈ ਉਹ ਸਾਡੇ ਸਾਹਮਣੇ ਨਹੀਂ ਬਣ ਕੇ ਆ ਸਕਦੀ। ਸੋ ਦੋਸਤੋ ਮੈਂ ਇਸ ਫਿਲਮ ਦੀ ਬਣਾਉਣ ਦੀ ਯਤਨ ਦੀ ਸ਼ਲਾਘਾ ਕਰਦਾ, ਲੇਕਿਨ ਜੋ ਸਾਡੀਆਂ ਆਸਾਂ ਦੇ ਹਿਸਾਬ ਦੇ ਨਾਲ ਫਿਲਮ ਹੋਣੀ ਚਾਹੀਦੀ ਸੀਗੀ ਉਹਨਾਂ ਆਸਾਂ ਉੱਤੇ ਇਹ ਫਿਲਮ ਪੂਰੀ ਨਹੀਂ ਉਤਰਦੀ। ਸੋ ਦੋਸਤੋ ਤੁਹਾਨੂੰ ਜੇ ਮੇਰੀ ਗੱਲਬਾਤ ਪਸੰਦ ਆਈ ਹੋਵੇ ਤਾਂ ਸਾਡਾ ਜਿਹੜਾ ਚੈਨਲ ਹੈ ਪੰਜਾਬੀ ਸਿਨੇਮਾ ਫਾਰ ਯੂ ਇਸ ਨੂੰ ਜ਼ਰੂਰ ਸਬਸਕ੍ਰਾਈਬ ਕਰੋ, ਜਿਹਨਾਂ ਨਹੀਂ ਸਬਸਕ੍ਰਾਈਬ ਕੀਤਾ ਤਾਂ ਕਿ ਤੁਸੀਂ ਸਾਡੇ ਨਾਲ ਜੁੜੇ ਰਹੋ ਅਸੀਂ ਤੁਹਾਡੇ ਨਾਲ ਗੱਲਬਾਤ ਕਰਦੇ ਰਹੀਏ। ਬਹੁਤ ਬਹੁਤ ਸ਼ੁਕਰੀਆ, ਬਹੁਤ ਬਹੁਤ ਮਿਹਰਬਾਨੀ।